ਪਰ ਇਹ 12 ਦਿਨਾਂ ਦੇ ਵਿੱਚ ਹੀ ਇੰਨਾ ਕੁਝ ਦੇਖਣ ਨੂੰ ਮਿਲਿਆ ਕਿ ਰਿਹਾ ਨਹੀਂ ਗਿਆ। ਜਿੱਥੇ ਮੈਂ ਅੱਜ ਵਧਾਈ ਦੇਣ ਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਆਇਆ ਕਿ ਤੁਹਾਨੂੰ ਇਹ ਜਲੰਧਰ ਵੈਸਟ ਦੀ ਜਿਹੜੀ ਸੀਟ ਹੈ ਤੁਹਾਨੂੰ ਸ਼ੁਭਕਾਮਨਾ, ਉਹਦੇ ਨਾਲ ਨਾਲ ਹੀ ਮੈਂ ਜਲੰਧਰ ਦੇ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਕਿ ਕਈ ਸਾਥੀ ਮੈਨੂੰ ਪੁੱਛਦੇ ਆ ਕਿ ਯਾਰ MLA-ship ਛੱਡੀ ਕਿਉਂ। ਕੋਈ ਮੈਨੂੰ ਲਾਲਚੀ ਕਹਿੰਦਾ, ਕੋਈ ਦੋਗਲਾ ਕਹਿੰਦਾ, ਕੋਈ ਗਰਦਾਰ ਕਹਿੰਦਾ। ਕਈ ਲੋਕਾਂ ਨੇ ਤਾਂ ਕੱਲ੍ਹ ਵੀ ਸਟੇਜ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਮੇਰੇ 'ਤੇ ਟਿਪਟੀ ਕੀਤੀ। ਚਲੋ ਮੇਰੇ ਤੋਂ ਵੱਡੇ ਆ, ਮੈਂ ਉਹਨਾਂ ਦੇ ਨਾਲ, ਕਿਉਂਕਿ ਰਾਜਨੀਤੀ ਤੌਰ ਦੇ ਉੱਤੇ ਜਦ ਮੈਂ ਰਾਜਨੀਤੀ ਮੰਚ 'ਤੇ ਸੀ ਮੈਂ ਪੂਰਾ ਵਿਰੋਧ 'ਤੇ ਖੜ੍ਹਾ, ਮੈਂ ਆਪਣੀ ਪਾਰਟੀ ਦੀ ਵਿਚਾਰਧਾਰਾ ਨਾਲ ਖੜ੍ਹਾ। ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ, ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ, ਹੋਰ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰਾ ਸਭ ਤੋਂ ਪਹਿਲਾ ਜਿਹੜਾ ਕਾਰਨ ਸੀ ਪਾਰਟੀ ਨੂੰ ਛੱਡ ਕੇ ਜਾਣਾ ਜਲਾਲਤ, ਕਿ ਜਿਹੜੀ ਜਲਾਲਤ ਆਮ ਆਦਮੀ ਪਾਰਟੀ ਅੱਜ ਲੋਕਾਂ ਨਾਲ ਕਰਦੀ ਆ ਨਾ, ਉਹ ਜਲਾਲਤ ਕਈ ਵਾਰੀ ਸਹੀ ਨਹੀਂ ਜਾਂਦੀ। ਜਲਾਲਤ ਮੀਨਸ ਕਿ ਜਦੋਂ ਉਹ ਬੰਦੇ ਨੂੰ, ਉਹਨਾਂ ਨੂੰ ਜ਼ਰੂਰਤ ਹੈ, ਤੁਹਾਨੂੰ ਉਹ ਆਸਮਾਨ 'ਤੇ ਚੱਕ ਕੇ ਲੈ ਜਾਣਗੇ, ਤੁਹਾਡੇ ਨਾਲ ਅਨੇਕਾਂ ਵਾਅਦੇ ਕਰਨਗੇ, ਅਨੇਕਾਂ ਤੁਹਾਨੂੰ ਵਿਸ਼ਵਾਸ 'ਚ ਲਿਆ ਜਾਏਗਾ। ਪਰ ਜਦੋਂ ਉਹਨਾਂ ਨੂੰ ਤੁਹਾਡੀ ਜ਼ਰੂਰਤ ਨਹੀਂ ਹੈ ਨਾ, ਤੁਹਾਨੂੰ ਪੂੰਝ ਕੇ ਛੱਡ ਦੇਣਗੇ। ਫਸਟ ਮੇਰੀ ਜਿਹੜੀ ਅਚੀਵਮੈਂਟ ਦੇਖੀ ਹੈ ਜਿਸ ਚੀਜ਼ ਦੇ ਉੱਤੇ ਮੈਂ ਬੋਲਣ ਜਾ ਰਿਹਾ ਕਿ ਜਲਾਲਤ ਕਿਹਨੂੰ ਕਹਿੰਦੇ ਆ, ਕਿਉਂਕਿ ਮੈਨੂੰ MLA-ship ਇਹ ਜਲਾਲਤ ਤੋਂ ਪਿਆਰੀ ਨਹੀਂ ਹੈ। ਇੱਦਾਂ ਦੀਆਂ MLA-ship ਹਜ਼ਾਰਾਂ ਕੁਰਬਾਨ ਕਰ ਦੂੰ, ਇੱਦਾਂ ਦੇ ਅਹੁਦੇ, ਕਿਉਂਕਿ ਮੇਰੇ ਪਿਤਾ ਜੀ ਨੇ ਮੈਨੂੰ ਇੱਕੋ ਚੀਜ਼ ਲਾਈਫ 'ਚ ਦੱਸੀ ਸੀ ਜੋ ਮੈਂ ਆਪਣੇ ਪਿਤਾ ਜੀ ਕੋਲ ਬਹੁਤ ਸਿੱਖਿਆ ਕਿ ਜਿੱਥੇ ਇੱਜ਼ਤ ਨਹੀਂ ਹੈ ਨਾ ਉਸ ਘਰ ਦੇ ਦਰਵਾਜ਼ੇ ਦੇ ਥੜੇ 'ਤੇ ਨਹੀਂ ਚੜੀਦਾ। ਜੇ ਇਨਸਾਨ ਦੀ ਇੱਜ਼ਤ ਨਹੀਂ ਹੈ, ਕਿਉਂਕਿ ਪੈਸਾ ਵੀ ਕਮਾਇਆ ਜਾਏਗਾ, ਹਰ ਚੀਜ਼ ਆ ਜਾਂਦੀ ਹੈ, ਇੱਜ਼ਤ ਬਹੁਤ ਮੁਸ਼ਕਿਲ ਬਣਦੀ ਹੈ। ਅਗਰ ਇੱਕ ਵਾਰੀ ਇੱਜ਼ਤ ਕੋਈ ਗਵਾ ਦੇ ਨਾ, ਦੁਬਾਰਾ ਬਹੁਤ ਮੁਸ਼ਕਿਲ ਇਹ ਇੱਜ਼ਤ ਵਾਪਸ ਆਉਂਦੀ ਹੈ। ਇੱਜ਼ਤ ਦੇ ਜਿਹੜੇ ਰਸਤੇ ਆ ਉਹ ਬੜੇ ਅਲੱਗ ਅਲੱਗ ਤਰੀਕੇ ਆ। ਇੱਜ਼ਤ ਅਤੇ ਜਲਾਲਤ 'ਚ ਕੀ ਫਰਕ ਆ? ਜਲਾਲਤ ਉਹ ਹੈ ਜੋ ਕੱਲ੍ਹ ਜਲੰਧਰ ਵੈਸਟ ਦੇ ਹਲਕੇ ਦੇ MLA ਮਹਿੰਦਰ ਭਗਤ ਜੀ ਨਾਲ ਹੋਈ ਹੈ। ਉਹ ਚੀਜ਼ ਸਭ ਤੋਂ ਜ਼ਿਆਦਾ ਮੈਨੂੰ ਪਿੰਚ ਕਰਦੀ ਸੀ ਦੋਸਤੋ, ਜੋ ਕੱਲ੍ਹ ਮਾਣਯੋਗ ਮਹਿੰਦਰ ਭਗਤ ਜੀ ਜਿਹੜੇ ਨਵੇਂ MLA ਬਣੇ ਆ, ਮੇਰੇ ਸਤਿਕਾਰਯੋਗ ਆ, ਮੇਰੀ ਜਿਹੜੀ ਵਿਚਾਰਧਾਰਾ ਲੜਾਈ ਸੀ ਉਹ ਖਤਮ ਹੋ ਗਈ, ਕਿਉਂਕਿ ਮੈਂ ਇਲੈਕਸ਼ਨ ਲੜਿਆ, ਉਹ ਜਿੱਤ ਗਏ, ਮੈਂ ਹਾਰ ਗਿਆ, ਆਪਣੀ ਹਾਰ ਨੂੰ ਮੈਂ ਐਕਸੈਪਟ ਕੀਤਾ। ਅਸੀਂ ਆਪਣੇ ਕਾਰਿਆਕਰਤਾ ਨਾਲ ਦੇਖਾਂਗੇ ਕਿ ਸਾਡੀ ਕਿੱਥੇ ਕਮੀਆਂ ਰਹਿ ਗਈਆਂ, ਅਸੀਂ ਜਿਹੜੀ ਕਮੀਆਂ ਨੂੰ ਦੂਰ ਕਰਾਂਗੇ। ਪਰ ਜਿਹੜੀ ਜਲਾਲਤ ਦੀ ਮੈਂ ਗੱਲ ਕਰਨ ਜਾ ਰਿਹਾ ਦੋਸਤੋ, ਉਹ ਜਲਾਲਤ ਉਹ ਹੈ ਕਿ ਜਿਹੜੇ ਜਿਹੜੇ ਲੋਕ ਤਾਂ ਜਲੰਧਰ ਵੈਸਟ ਦਾ ਫੰਕਸ਼ਨ ਦੇਖ ਰਹੇ, ਜਿਹੜਾ ਪਹਿਲੇ ਧੰਨਵਾਦ ਕਰ ਗਏ ਇਹਨਾਂ ਦੇ ਰਾਸ਼ਟਰੀ ਜਨ ਸ਼ਕਤੀ ਸਿੰਧੀ ਪਾਠਕ ਜੀ, ਉਹ ਪਾਰਟੀ ਤੌਰ 'ਤੇ ਉਹ ਲੋਕਾਂ ਦਾ ਧੰਨਵਾਦ ਕਰ ਗਏ, ਅੱਜ ਕੱਲ੍ਹ ਮੁੱਖ ਮੰਤਰੀ ਨੇ ਧੰਨਵਾਦ ਕਰਤਾ ਜਲੰਧਰ ਵੈਸਟ ਦੇ ਲੋਕਾਂ ਦਾ। ਪਰ ਜਲੰਧਰ ਵੈਸਟ ਦੇ ਜਿਹੜੇ ਲੋਕ ਉੱਥੇ 32 ਲੋਕ ਬੈਠੇ ਆ, 32 ਲੋਕ ਹੈ, ਬਾਕੀ ਲੋਕ ਜਲੰਧਰ ਵੈਸਟ ਦੇ ਨਹੀਂ ਹੈ। ਪਰ ਚਲੋ ਧੰਨਵਾਦ ਜਲੰਧਰ ਵੈਸਟ ਦਾ ਸੀ ਕੱਲ੍ਹ। ਪਰ ਜੋ ਕੱਲ੍ਹ ਇੱਕ ਚੁਣੇ ਹੋਏ MLA ਦੀ ਜਲਾਲਤ ਮੈਂ ਕੀ ਕਹਿ ਰਿਹਾ, ਉਹਨਾਂ ਦੀ ਕੁਰਸੀ ਦੇਖੋ ਕਿੱਥੇ ਲੱਗੀ ਹੈ। ਮਾਨਯੋਗ ਸ਼੍ਰੀ ਮਹਿੰਦਰ ਭਗਤ ਜੀ ਜਿਹੜੇ ਨਵੇਂ ਨਿਯੁਕਤ MLA ਆਮ ਆਦਮੀ ਪਾਰਟੀ, ਉਹਨਾਂ ਦੀ ਕੁਰਸੀ ਕਿੱਥੇ ਲੱਗੀ ਹੈ? ਉਹਨਾਂ ਦੀ ਚੇਅਰ ਸਟੇਜ ਦੇ ਉੱਤੇ ਨਹੀਂ ਸੀ। ਜੇ ਜ਼ਰੂਰਤ ਪਏਗੀ, ਜਿਹੜੇ ਲੋਕ ਮੈਨੂੰ ਦੇਖ ਰਹੇ ਆ, ਮੈਂ ਫੋਟੋਆਂ ਸ਼ੇਅਰ ਕਰ ਦਿਆਂਗਾ
ਉਹ ਕਿਹੜੀ ਕੁਰਸੀ 'ਤੇ ਬੈਠੇ ਹੈ? ਜਿਸ ਕੁਰਸੀ ਦੇ ਉੱਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ PSO ਗਨਮੈਨ ਬੈਠਾ, ਉਹ ਕੁਰਸੀ ਮਿਲੀ ਹੈ। ਇਹ ਜਲਾਲਤ ਕਹਿ ਰਿਹਾ ਕਿ ਜਦੋਂ ਇਹ ਕਿਸੇ MLA ਨੂੰ ਸਨਮਾਨ ਨਹੀਂ ਮਿਲਦਾ ਸੀ, ਤੁਸੀਂ ਅਗਰ ਅੱਜ ਦੇਖਣਾ ਚਾਹੁੰਦੇ ਹੋ, ਜਿਹੜੇ ਲੋਕ ਮੈਨੂੰ ਸੁਣ ਰਹੇ ਆ ਵਿੱਚ ਉਹਨਾਂ 'ਚ ਆਮ ਆਦਮੀ ਦੇ ਲੋਕ ਵੀ ਦੇਖ ਰਹੇ ਆ ਕਿ ਕਿੱਦਾਂ ਜਲਾਲਤ ਮੈਂ ਕਹਿ ਰਿਹਾ। ਪਹਿਲੀ ਗੱਲ ਤਾਂ ਸਨਮਾਨ ਸਮਾਰੋਹ ਜਲੰਧਰ ਵੈਸਟ ਦੇ ਲੋਕਾਂ ਦਾ, ਉਹ ਜਲੰਧਰ ਵੈਸਟ 'ਚ ਹੋਣਾ ਚਾਹੀਦਾ ਸੀ, ਜਲੰਧਰ ਸੈਂਟਰ ਦੇ ਵਿੱਚ ਫੰਕਸ਼ਨ ਕੀਤਾ। ਮੁੱਖ ਮੰਤਰੀ ਸਾਹਿਬ, ਜ਼ਰੂਰ ਤੁਸੀਂ ਆਪਣੇ ਮਿਨਿਸਟਰ ਉੱਥੇ ਬਿਠਾਏ ਆ, MLA ਸਾਹਿਬ ਵੀ ਇੱਕ ਚੁਣਿਆ ਹੋਇਆ ਨੁਮਾਇੰਦਾ, ਤੁਸੀਂ 3 ਪ੍ਰੋਗਰਾਮ ਕੀਤੇ ਕਲੱਬ ਕਬਾਨਾ ਦੇ ਵਿੱਚ। ਜਦ ਮੈਨੂੰ ਪਤਾ ਸੀ ਕਿ ਮੇਰੀ ਕੁਰਸੀ ਕਦੀ ਨਹੀਂ ਉੱਤੇ ਲੱਗੀ, ਮੈਂ 3 ਫੰਕਸ਼ਨਾਂ ਦੇ ਵਿੱਚ ਨਹੀਂ ਆਇਆ। ਇਹਦਾ ਜਵਾਬ ਮਾਣਯੋਗ ਰਮਨ ਅਰੋੜਾ MLA ਸਾਹਿਬ ਦੇ ਸਕਦੇ ਆ ਕਿ ਜਦੋਂ ਮੈਂ ਉਸ ਫੰਕਸ਼ਨ 'ਚ ਐਂਟਰ ਕੀਤਾ, ਮੈਨੂੰ ਪਤਾ ਲੱਗਿਆ ਕਿ ਮੇਰੀ ਕੁਰਸੀ ਸਟੇਜ 'ਤੇ ਨਹੀਂ ਹੈ, ਮੈਂ ਕਲੱਬ ਕਬਾਨਾ ਤੂੰ ਆਪਣੀ ਗੱਡੀ ਲੈ ਕੇ ਵਾਪਸ ਆ ਜਾਂਦਾ ਸੀ। ਮੈਂ ਆਪਣੀ ਇੱਜ਼ਤ ਤੂੰ ਪਿਆਰਾ ਕੁਛ ਨਹੀਂ ਹੈ। ਇਹਦਾ ਜਿਹੜਾ ਜਵਾਬ ਹੈ, ਇਹ ਆਮ ਆਦਮੀ ਪਾਰਟੀ ਦੇ ਕੁਛ ਲੋਕ ਉਹ ਰਮਨ ਅਰੋੜਾ ਜੀ ਮਾਣਯੋਗ MLA ਜਲੰਧਰ ਸੈਂਟਰ ਉਹ ਦੇ ਸਕਦੇ ਆ। ਪਰ ਮੈਂ ਕੱਲ੍ਹ ਬਹੁਤ ਫੀਲ ਕੀਤਾ, ਚਲੋ ਮਹਿੰਦਰ ਭਗਤ ਦੀ ਜਿਹੜੀ ਕੁਰਸੀ ਹੈ ਉਹ ਤਾਂ ਤੁਸੀਂ ਦਿੱਤੀ ਗਨਮੈਨ ਵਾਲੀ, ਇਸ ਕਰਕੇ ਮੈਨੂੰ ਇਹ MLAship ਤਾਂ ਨਹੀਂ ਪਿਆਰੀ ਸੀ। ਉਹਨਾਂ ਲੋਕਾਂ ਨੂੰ ਲਾਲਚ ਹੋਏਗਾ, ਉਹਨਾਂ ਲੋਕਾਂ ਨੂੰ ਗਨਮੈਨ ਚਾਹੀਦੇ ਹੋਣਗੇ, ਉਹਨਾਂ ਲੋਕਾਂ ਨੂੰ ਕੁਰਸੀ ਸਿਰ 'ਤੇ ਸਿਰਫ ਗੁਲਾਮੀ ਕਰਨੀ ਚਾਹੀਦੀ ਹੋਏਗੀ। ਇੱਦਾਂ ਦੀ MLAship ਹਜ਼ਾਰਾਂ ਕਰਵਾਉਣਾ ਮੇਰੇ ਆਪਣੇ ਲੋਕਾਂ ਤੋਂ।